ਹਾਂਜੀ, ਕੰਬੋਜਰ ਰੈਕਟ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਇਸ ਵੀਡੀਓ ਵਿੱਚ ਕਰਨ ਔਜਲਾ ਦੇ ਗੋਇਨ ਆਫ ਗਾਣੇ ਬਾਰੇ ਗੱਲ ਕਰਾਂਗੇ। ਹਾਂਜੀ, ਕਰਨ ਔਜਲਾ ਵੱਲੋਂ ਆਪਣੇ ਨਵੇਂ ਗਾਣੇ ਦੀ ਅਨਾਊਂਸਮੈਂਟ ਕੀਤੀ ਗਈ ਸੀ, ਜਿਸ ਗਾਣੇ ਦਾ ਨਾਮ ਹੈ ਗੋਇਨ ਆਫ, ਅਤੇ ਅੱਜ ਸ਼ਾਮੀ 6 ਵਜੇ ਇਸ ਗਾਣੇ ਦੀ ਵੀਡੀਓ ਰਿਲੀਜ਼ ਹੋ ਚੁੱਕੀ ਹੈ। ਅਤੇ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਵੀਡੀਓ ਤੋਂ ਪਹਿਲਾਂ ਹੀ ਗਾਣੇ ਦੀ ਆਡੀਓ ਸੁਣਨ ਨੂੰ ਮਿਲਣ ਵਾਲੀ ਹੈ, ਅਤੇ ਉੱਦਾਂ ਹੀ ਹੋਇਆ। 5 ਵਜੇ ਇਸ ਗਾਣੇ ਦੀ ਆਡੀਓ ਸਪੋਟੀਫਾਈ ਉੱਤੇ ਅਵੇਲੇਬਲ ਹੋ ਗਈ ਸੀ। ਇਸ ਤੋਂ ਇਲਾਵਾ ਗੱਲ ਕਰੀਏ ਤਾਂ ਗੋਇਨ ਆਫ ਗਾਣਾ ਬਹੁਤ ਹੀ ਜ਼ਿਆਦਾ ਘੈਂਟ ਹੈ, ਅਤੇ ਇਸ ਗਾਣੇ ਵਿੱਚ ਕਰਨ ਔਜਲਾ ਵੱਲੋਂ ਆਪਣੇ ਹੇਟਰਾਂ ਨੂੰ ਰਿਪਲਾਈ ਕੀਤੇ ਗਏ ਨੇ। ਹਾਂਜੀ, ਤੁਹਾਨੂੰ ਪਤਾ ਹੀ ਹੋਊਗਾ ਕਿ ਅੱਜ ਤੋਂ 1-1.5 ਮਹੀਨੇ ਪਹਿਲਾਂ ਇੱਕ ਟਿਕਟੋਕਰ ਵੱਲੋਂ ਕਰਨ ਔਜਲੇ ਨੂੰ ਰਿਪਲਾਈ ਕਰਦੇ ਹੋਏ ਕਿਹਾ ਗਿਆ ਸੀ ਕਿ ਇਹ ਆਪਣੀ ਮਹਿੰਗੀ ਘੜੀ ਦੇ ਕੱਪੜੇ ਦਿਖਾਉਂਦਾ ਵਾ ਅਤੇ ਸ਼ੋਅ ਆਫ ਕਰਦਾ ਵਾ, ਅਤੇ ਔਜਲੇ ਨੂੰ ਫੁਕਰਾ ਵੀ ਕਿਹਾ ਗਿਆ ਸੀ। ਤਕੜਾ ਫੁਕਰਾ ਹੈ ਕਰਨ ਔਜਲਾ, ਆਹ ਕੀ ਹੋਇਆ? ਮੈਨੂੰ ਪਹਿਲੇ ਇਵੇਂ ਲੱਗਾ ਸੀ ਕਿ ਵਿੱਚੋਂ ਕੁਛ ਨਾ ਜੇਬ ਦੇ ਵਿੱਚੋਂ ਕੋਈ ਲੱਭ ਰਿਹਾ ਹੋਵੇ, ਪਰ ਉਹ ਲੱਭ ਨਹੀਂ ਰਿਹਾ ਹੈਗਾ। ਇਹ ਦਿਖਾ ਰਿਹਾ ਕਿ ਆਪਣਾ ਜਿਹੜੀ ਕੰਪਨੀ ਦਿਖਾ ਰਿਹਾ ਕਿ ਮੇਰਾ ਦੇਖੋ ਕਿੰਨੇ ਮਹਿੰਗੇ ਮੈਂ। ਜਿਸ ਤੋਂ ਬਾਅਦ ਕਰਨ ਔਜਲੇ ਵੱਲੋਂ ਵੀ ਇਸ ਬੰਦੇ ਨੂੰ ਕਮੈਂਟਾਂ ਵਿੱਚ ਬਹੁਤ ਸਾਰੇ ਰਿਪਲਾਈ ਕੀਤੇ ਗਏ, ਅਤੇ ਤੁਹਾਨੂੰ ਦੱਸ ਦਈਏ ਕਿ ਗੋਇਨ ਆਫ ਗਾਣੇ ਦੇ ਵਿੱਚ ਵੀ ਔਜਲੇ ਬਾਈ ਵੱਲੋਂ ਇਹੋ ਜਿਹੇ ਬੰਦਿਆਂ ਨੂੰ ਰਿਪਲਾਈ ਕੀਤੇ ਗਏ ਨੇ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਪਤਾ ਹੀ ਹੋਊਗਾ ਕਿ ਬਾਗੀ ਵੱਲੋਂ ਵੀ ਆਪਣੇ ਜੇਲ੍ਹ ਬਰੇਕ ਗਾਣੇ ਦੇ ਵਿੱਚ ਕਰਨ ਔਜਲਾ ਨੂੰ ਰਿਪਲਾਈ ਕੀਤਾ ਗਿਆ ਸੀ, ਅਤੇ ਸ਼ਾਇਦ ਹੁਣ ਕਰਨ ਔਜਲਾ ਵੱਲੋਂ ਵੀ ਗੋਇਨ ਆਫ ਗਾਣੇ ਦੀ ਇੱਕ ਲਾਈਨ ਦੇ ਨਾਲ ਬਾਗੀ ਤੇ ਹੋਰ ਵੀ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਹੈ। ਇਹ ਇੱਕ ਪੂਰਾ ਰਿਪਲਾਈ ਸੌਂਗ ਹੈ, ਅਤੇ ਗਾਣੇ ਦੇ ਵਿੱਚ ਔਜਲੇ ਨੇ ਆਪਣੇ ਹੇਟਰਾਂ ਦੀ ਪੂਰੀ ਲਾਪਾ ਕੀਤੀ ਹੈ। ਬਾਕੀ ਤੁਹਾਨੂੰ ਇਹ ਗਾਣਾ ਅਤੇ ਗਾਣੇ ਦੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ, ਅਤੇ ਗੋਇਨ ਆਫ ਗਾਣੇ ਬਾਰੇ ਇੱਕ ਹੋਰ ਵੀਡੀਓ ਦਾ ਲਿੰਕ ਸਕਰੀਨ ਉੱਤੇ ਦਿੱਤਾ ਹੋਇਆ, ਵੀਡੀਓ ਨੂੰ ਜ਼ਰੂਰ ਜਾ ਕੇ ਦੇਖਿਓ। ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ। ਥੈਂਕ ਯੂ।